साहब का मेकअप हो रहा है क्योंकि हम इंटरव्यू की तैयारी है। एंड साढ़े निखिल राजपूत जी एंड साढ़े मेकअप मैन भाई मेकअप कर रहे हैं, बहुत काम वधिया काम करते हैं। बाकी मिलते हैं इंटरव्यू के बाद। ਚੜ੍ਹਦੀ ਕਲਾ ਟਾਈਮ ਟੀਵੀ ਜਲਦ ਲੈ ਕੇ ਆ ਰਿਹਾ ਤੁਹਾਡੇ ਰੂਬਰੂ ਕਰਾਂਗੇ ਵੈਬ ਸੀਰੀਜ਼ ਨੂੰ। ਪਰ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਉਸ ਵੈਬ ਸੀਰੀਜ਼ ਦੀ ਜਿਹੜੀ ਸਟਾਰ ਕਾਸਟ ਹੈ ਉਸ ਵੈਬ ਸੀਰੀਜ਼ ਦੇ ਡਾਇਰੈਕਟਰ ਰਾਈਟਰ ਨੇ ਜਿਹੜੇ ਸਾਡੇ ਨਾਲ ਸ਼ਾਮਿਲ ਨੇ, ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਉਸ ਵੈਬ ਸੀਰੀਜ਼ ਬਾਰੇ। ਔਰ ਵੈਬ ਸੀਰੀਜ਼ ਦਾ ਨਾਮ ਹੈ ਜੀ ਕੱਚੇ ਪੱਕੇ ਯਾਰ, ਸੋ ਜਾਣਦੇ ਹਾਂ ਇਸ ਵੈਬ ਸੀਰੀਜ਼ ਦੀ ਗਿਆਰੀ ਬਾਰੇ ਜਿਹੜੀ ਕਿ ਜਲਦ ਲੈ ਕੇ ਆ ਰਹੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਤੇ। ਸੋ ਸਭ ਤੋਂ ਪਹਿਲਾਂ ਇਹਨਾਂ ਦਾ ਵੈਲਕਮ ਕਰਦੇ ਹਾਂ ਜੀ ਦਾਨਿਸ਼ ਰਾਜਪੂਤ ਜੀ ਜਿਹੜੇ ਕਿ ਰਾਈਟਰ ਨੇ ਡਾਇਰੈਕਟਰ ਨੇ ਇਸ ਵੈਬ ਸੀਰੀਜ਼ ਦੇ, ਨਾਲ ਹੀ ਲਲਿਤ ਜੀ ਔਰ ਨਾਲ ਹੀ ਸਾਡੇ ਨਿਖਿਲ ਰਾਜਪੂਤ ਜੀ ਜਿਹੜੇ ਕਿ ਬਤੌਰ ਇਸ ਵੈਬ ਸੀਰੀਜ਼ ਦੇ ਵਿੱਚ ਕੈਰੈਕਟਰ ਜਿਹੜਾ ਕਰ ਰਹੇ ਨੇ ਐਕਟ ਕਰ ਰਹੇ ਨੇ। ਸੋ ਵੈਲਕਮ ਕਰਦੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ। ਸੋ ਦਾਨਿਸ਼ ਜੀ ਆਪਾਂ ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ, ਜਿੱਥੇ ਆਪਾਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਗੱਲ ਕਰਦੇ ਹਾਂ, ਹੈ ਨਾ। ਵੈਬ ਸੀਰੀਜ਼ ਦਾ ਇੱਕ ਜ਼ਮਾਨਾ ਚੱਲ ਗਿਆ, ਇੱਕ ਜ਼ਮਾਨਾ ਸੀ ਜਦੋਂ ਫਿਲਮਾਂ ਆਉਂਦੀਆਂ ਸੀ, ਪਰ ਹੁਣ ਦੇ ਨਾਲ ਨਾਲ ਕਰੇਜ਼ ਘੱਟ ਰਿਹਾ ਫਿਲਮਾਂ ਦਾ ਔਰ ਵੈਬ ਸੀਰੀਜ਼ ਵੱਲ ਜ਼ਿਆਦਾ ਰੁਝਾਨ ਹੋ ਰਿਹਾ ਕਿਉਂਕਿ ਘਰ ਘਰ ਮੋਬਾਈਲ ਹੈ, ਹਰ ਕੋਈ ਆਪਣੇ ਘਰ ਬੈਠੇ ਹੀ ਮੋਬਾਈਲ 'ਤੇ ਉਹ ਚੀਜ਼ਾਂ ਇੰਜੋਏ ਕਰ ਲੈਂਦਾ ਜਿਹੜਾ ਉਹ ਪਹਿਲਾਂ ਥੀਏਟਰ 'ਤੇ ਜਾ ਕੇ ਇੰਜੋਏ ਕਰਦਾ ਸੀ, ਰਾਈਟ। ਅਤੇ ਵੈਬ ਸੀਰੀਜ਼ ਤੁਸੀਂ ਲੈ ਕੇ ਆਏ ਹੋ, ਪੰਜਾਬੀ ਵੈਬ ਸੀਰੀਜ਼ ਕੱਚੇ ਪੱਕੇ ਯਾਰ, ਪਹਿਲਾਂ ਤਾਂ ਇਹ ਦੱਸੋ ਸਰ ਕੱਚੇ ਪੱਕੇ ਯਾਰ ਕੀ ਹੈ? ਕੱਚੇ ਪੱਕੇ ਯਾਰ ਇੱਦਾਂ ਦਾ ਕਨਸੈਪਟ ਹੈ ਜਿਹਦੇ ਵਿੱਚ ਤੁਹਾਨੂੰ ਕੱਚੇ ਯਾਰ ਵੀ ਮਿਲਣਗੇ, ਪੱਕੇ ਵੀ ਮਿਲਣਗੇ। ਰਿਸ਼ਤਿਆਂ ਦੀ ਅਹਿਮੀਅਤ ਸਮਝਾਈ ਗਈ ਹੈ ਕਿ ਮਾਂ ਪਿਓ ਦੇ ਨਾਲ ਸਾਡਾ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ। ਬੱਚਿਆਂ ਦੇ ਡ੍ਰੀਮ ਨੂੰ ਲੈ ਕੇ ਇੱਕ ਬਹੁਤ ਅੱਛਾ ਮੈਸੇਜ ਦਿੱਤਾ ਗਿਆ ਜਿਹਦੇ ਵਿੱਚ ਕਿ ਜਿੱਦਾਂ ਕਿ ਅੱਜ ਕੱਲ੍ਹ ਦਾ ਯੂਥ ਸਾਡਾ ਡ੍ਰੀਮ ਦੇਖਦਾ ਹੈ ਲੇਕਿਨ ਪ੍ਰੈਸ਼ਰਾਈਜ਼ ਕਰਦੇ ਉਹਨਾਂ ਦੇ ਕਰਦੇ ਉਹਨਾਂ ਨੂੰ ਕਿ ਤੁਸੀਂ ਮਤਲਬ ਇਹ ਨਹੀਂ ਬਣਨਾ, ਉਹ ਨਹੀਂ ਬਣਨਾ, ਤੁਸੀਂ ਸਾਡੇ ਹਿਸਾਬ ਨਾਲ ਚੱਲਣਾ, ਤੁਸੀਂ ਇੱਕ ਬਿਜ਼ਨਸਮੈਨ ਹੀ ਬਣੋ ਜਾਂ ਤੁਸੀਂ ਕੋਈ ਮਤਲਬ ਪ੍ਰੋਪਰ ਫੀਲਡ ਦੇ ਵਿੱਚ ਉਹ ਪਹਿਲਾਂ ਹੀ ਦੇਖ ਲੈਂਦੇ ਆ ਕਿ ਹਾਂ ਸਾਨੂੰ ਇਹ ਚੀਜ਼ ਹੈ ਕਿ ਅਸੀਂ ਇਹ ਚੀਜ਼ ਕਰਵਾਉਣੀ ਹੈ ਅਤੇ ਪ੍ਰੈਸ਼ਰਾਈਜ਼ ਕਰਦੇ ਬੱਚਿਆਂ ਨੂੰ ਅਤੇ ਉਹ ਥੋੜ੍ਹਾ ਕੰਸੈਪਟ ਨੂੰ ਆਪਾਂ ਉਦੋਂ ਵਿੱਚ ਪਾਇਆ ਟੇਸਟ ਨੂੰ ਅਤੇ ਆਪਾਂ ਉਸ ਮੈਸੇਜ ਉੱਤੇ ਵੀ ਵਰਕ ਕੀਤਾ ਅਤੇ ਬਾਕੀ ਹੋਰ ਹੈ ਲਵ ਰੋਮੈਂਸ ਥ੍ਰਿਲਰ ਹੈ ਸਸਪੈਂਸ ਹੈ ਬਹੁਤ ਕੁਛ ਹੈਗਾ ਜੋ ਤੁਸੀਂ ਦੇਖੋਗੇ ਚਰਚ ਵਿੱਚ। ਦਾਨਿਸ਼ ਜੀ ਨੇ ਮੇਰੇ ਜਿਹੜੇ ਸਵਾਲ ਹੈਗੇ ਨੇ ਮੈਂ ਅੱਗੇ ਪੁੱਛਣੇ ਆ ਉਹ ਪਹਿਲਾਂ ਹੀ ਕਲੀਅਰ ਕਰ ਰਹੇ ਨੇ ਕਿ ਲਵ ਜਾਂ ਰੋਮਾਂਸ ਹੀ ਹੈ, ਲੇਕਿਨ ਜੇ ਐਕਸ਼ਨ ਵੀ ਦੇਖਣ ਨੂੰ ਮਿਲੇਗਾ ਔਰ ਨਾਲ ਹੀ ਯਾਰੀ ਦੀ ਗੱਲ ਹੈ, ਜੇ ਗੱਲ ਕਰੀਏ ਕੱਚੀ ਯਾਰੀ ਹੈ ਸਰ ਪੱਕੀ ਯਾਰੀ ਹੈ ਇਹ ਦੱਸੋ ਪਹਿਲਾਂ। ਸਰ ਹਾਲੇ ਤੱਕ ਤਾਂ ਪੱਕੀ ਯਾਰੀ ਹੈ, ਨੈਕਸਟ ਜਿਹੜਾ ਸੀਜ਼ਨ ਬਣਦਾ ਉਹ 'ਚ ਕੱਚੀ ਯਾਰੀ ਦੇਖਣ ਨੂੰ ਮਿਲੇਗੀ ਤੁਹਾਨੂੰ ਕਿਉਂਕਿ ਅਸੀਂ ਇਹਨਾਂ ਨੂੰ ਖਤਮ ਵੀ ਕਰ ਰਹੇ ਹਾਂ ਇਸ ਸੀਜ਼ਨ ਦੇ ਵਿੱਚ ਅਤੇ ਨੈਕਸਟ ਸੀਜ਼ਨ ਵੀ ਹੈ। ਜਲਦੀ ਚੜ੍ਹਦੀ ਕਲਾ ਤੇ ਲੈ ਕੇ ਆ ਰਹੇ ਹਾਂ ਜੀ। ਸੋ ਪਹਿਲਾਂ ਤਾਂ ਇਹ ਦੱਸੋ ਕਿ ਸਰ ਕੀ ਤੁਸੀਂ ਜਿਸ ਤਰ੍ਹਾਂ ਕਿ ਤੁਹਾਨੂੰ ਕਿਹਾ, ਮੈਨੂੰ ਪਤਾ ਕਿ ਤੁਹਾਡਾ ਬੈਕਗ੍ਰਾਉਂਡ ਹੈ ਜਿਹੜਾ ਤੁਸੀਂ ਐਜ਼ ਅ ਕੋਰੀਓਗ੍ਰਾਫਰ ਵੀ ਕੰਮ ਕਰਦੇ ਹੋ, ਰਾਈਟ? ਔਰ ਤੁਹਾਡਾ ਪੰਜਾਬੀ ਇੰਡਸਟਰੀ ਦੇ ਵਿੱਚ ਵੈਬ ਸੀਰੀਜ਼ ਦਾ ਪਹਿਲਾਂ ਗੈਪ ਵੀ ਇਹ ਕੰਸੈਪਟ ਕੀ ਸੋਚਦੇ ਹੋ? ਸਰ ਜਦੋਂ ਇਹ ਕੰਸੈਪਟ ਜਿਹੜਾ ਸੀਗਾ ਉਹ ਸਰ ਕੰਸੈਪਟ ਜਿਹੜਾ ਸੀਗਾ ਉਹ ਮਾਈਂਡ ਦੇ ਵਿੱਚ ਆਇਆ ਸੀਗਾ ਨਿਖਿਲ ਦੇ, ਜੋ ਕਿ ਲਾਸਟ ਮਤਲਬ 8 ਇਅਰਸ ਤੋਂ ਮੇਰਾ ਸਟੂਡੈਂਟ ਹੈ ਔਰ ਡਾਂਸ ਦੇ ਥਰੂ ਹੀ ਮੇਰੇ ਨਾਲ ਜੁੜਿਆ ਸੀਗਾ। ਕੰਸੈਪਟ ਇਹਨੇ ਮੈਨੂੰ ਦੱਸਿਆ ਔਰ ਉਹਨੂੰ ਰਾਈਟ ਮੈਂ ਕੀਤਾ, ਉਹਨੂੰ ਪ੍ਰੋਪਰ ਇੱਕ ਸਟੋਰੀ ਦੇ ਵਿੱਚ ਡਾਇਲੋਗਸ ਵਗੈਰਾ ਸਾਰੇ ਉਹਦੇ ਮੈਂ ਲਿਖੇ ਆ। ਔਰ ਉਦੋਂ ਇੱਕ ਵੈਬ ਸੀਰੀਜ਼ ਚੱਲ ਰਹੀ ਸੀਗੀ, ਇੰਨੀ ਜ਼ਿਆਦਾ ਵੈਬ ਸੀਰੀਜ਼ ਨਹੀਂ ਸੀਗੀਆਂ ਜਦੋਂ ਆਪਾਂ ਸ਼ੁਰੂ ਕੀਤਾ ਅਤੇ ਆਪਾਂ ਸਟੋਰੀ 'ਤੇ ਵੀ ਇਹਦੇ ਕੰਮ ਕੀਤਾ, ਆਪਾਂ 6 ਮਹੀਨੇ ਲੱਗ ਗਏ ਸਾਨੂੰ ਸਟੋਰੀ ਦੇ ਉੱਤੇ ਕੰਮ ਕਰਦੇ ਹੋਏ ਅਤੇ ਉਸ ਤੋਂ ਬਾਅਦ ਜਦੋਂ ਆਪਾਂ ਰਿਲੀਜ਼ ਕਰ ਰਹੇ ਸੀ ਸ਼ੂਟ ਕਰ ਰਹੇ ਸੀ ਉਸ ਤੋਂ ਬਾਅਦ ਕਾਫੀ ਵੈਬ ਸੀਰੀਜ਼ ਆਈਆਂ, ਬਟ ਜਦੋਂ ਵੀ ਕੋਈ ਵੈਬ ਸੀਰੀਜ਼ ਰਿਲੀਜ਼ ਹੁੰਦੀ ਸੀ ਆਪਾਂ ਦੇਖਦੇ ਸੀਗੇ ਸਾਨੂੰ ਇਸ ਚੀਜ਼ 'ਤੇ ਬੜੀ ਖੁਸ਼ੀ ਹੁੰਦੀ ਸੀ ਕਿ ਯਾਰ ਸਾਡਾ ਕੋਨਸੈਪਟ ਨਹੀਂ ਹੈਗਾ, ਸਾਡਾ ਕੋਨਸੈਪਟ ਡਿਫਰੈਂਟ ਹੈ, ਉਹ ਜੋ ਚੱਲ ਰਿਹਾ ਉਹ ਕੋਈ ਪ੍ਰੋਪਰ ਗੈਂਗਸਟਰ 'ਤੇ ਸੀਗੀ, ਕੋਈ ਮਤਲਬ ਰੋਮਾਂਸ 'ਤੇ ਸੀਗੀ ਜਾਂ ਕੋਈ ਮਤਲਬ ਕਾਲਜ ਲਾਈਫ 'ਚ, ਸਾਡੀ ਜਿਹੜੀ ਹੈਗੀ ਲੈਕਚਰ 'ਚ ਸਭ ਕੁਛ ਹੈ, ਕਾਲਜ ਲਾਈਫ ਵੀ ਹੈ ਔਰ ਰਿਸ਼ਤਿਆਂ ਦੀ ਅਹਿਮੀਅਤ ਵੀ ਹੈ, ਰੋਮਾਂਸ ਵੀ ਹੈ, ਲਵ ਵੀ ਹੈ।
ਸੋ ਕਿਤੇ ਨਾ ਕਿਤੇ ਖੁਸ਼ੀ ਨਹੀਂ ਹੋਈ ਕਿ ਜਿਹੜਾ ਕਨਸੈਪਟ ਤੁਸੀਂ ਲੈ ਕੇ ਆਇਓ ਹੈ ਨਾ ਉਹ ਵੈਬਸਾਈਟ ਜਿਹੜਾ ਬਾਕੀ ਦੇ ਸਾਰੇ ਕਿਤੇ ਤੁਸੀਂ ਸਾਨੂੰ ਫਿਕਸ ਕਰ ਲਈ ਹਾਂ ਬਾਕੀ ਇਤਨੀ ਮਿਕਸ ਤਰ੍ਹਾਂ ਕਰਦਾ ਹੈ ਲੇਕਿਨ ਸਾਰਾ ਤਾਂ ਨਹੀਂ ਕਰਦਾ ਮੈਂ ਬਾਲੀਵੁੱਡ ਲੈਵਲ ਦਾ ਮਿਕਸ ਕਰਦਾ ਕਨਸੈਪਟ ਹੁੰਦਾ ਸਰ ਮਾਨ ਦੱਸਿਆ ਤੁਹਾਡੀ ਮਾਨ ਦੇ ਕਨਸੈਪਟ ਹੈ ਜਿਹੜੀ ਇਹ ਯਾਰੀ ਤੁਹਾਡੀ ਜੀ ਤੁਸੀਂ ਸਟੂਡੈਂਟ ਰਹਿ ਚੁੱਕੇ ਹੋ ਤਾਂ ਕਿ ਕਿਤੇ ਉਹੀ ਯਾਰੀ ਤਾਂ ਨਹੀਂ ਅੱਗੇ ਲੈ ਗਿਆ ਸਭ ਤੋਂ ਪਹਿਲਾਂ ਤਾਂ ਚੰਗੀ ਤਰ੍ਹਾਂ ਟਾਈਮ ਦੇ ਕੇ ਸਾਰੇ ਟੈਸਟਾਂ ਨੂੰ ਇੱਕ ਗੱਲ ਇਹ ਸਰ ਗੱਲ ਕਰੀ ਕਨਸੈਪਟ ਦੀ ਕਨਸੈਪਟ ਮੇਰੇ ਦਿਮਾਗ 'ਚ ਇੱਦਾਂ ਆਇਆ ਸੀ ਕਿ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਅੱਜ ਤੱਕ ਕਿਸੇ ਵੀ ਆਰਟਿਸਟ ਉੱਤੇ ਅਗਰ ਜੇ ਫਿਲਮ ਬਣੀ ਹੈ ਅਤੇ ਜ਼ਿਆਦਾਤਰ ਕਿ ਸਿੰਗਰਾਂ ਨੂੰ ਪ੍ਰਮੋਟ ਕੀਤਾ ਗਿਆ ਅਤੇ ਇਹ ਪਹਿਲੀ ਵਾਰੀ ਮੈਂ ਤੁਹਾਨੂੰ ਇਹ ਗੱਲ ਕਹੀ ਕਿ ਸਰ ਅਗਰ ਕਿੱਦਾਂ ਦਾ ਲੱਗੇਗਾ ਕਿ ਅਗਰ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਡਾਂਸਰ ਪ੍ਰਮੋਟ ਹੋਵੇ ਕਿਉਂਕਿ ਬਹੁਤ ਘੱਟ ਅਗਰ ਜੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਨਾ ਡਾਂਸਰ ਨੂੰ ਲੈ ਕੇ ਅਤੇ ਬਹੁਤ ਨਾ ਉਹਨਾਂ ਦੇ ਅੰਦਰ ਇੱਕ ਨੈਰੋ ਮਾਈਂਡਡ ਦਾ ਇੱਕ ਸਵਾਲ ਆਉਂਦਾ ਕਿ ਯਾਰ ਤੂੰ ਡਾਂਸਰ ਬਣੇਗਾ ਮਤਲਬ ਕਿ ਜਿਹੜੇ ਹਾਈ ਬੜੇ ਡਾਂਸਰਾਂ ਨੂੰ ਲੱਗਦਾ ਕਿ ਯਾਰ ਹਾਈ ਸੁਸਾਇਟੀ ਦੇ ਬੱਚੇ ਸਹੀ ਨੇ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਨੂੰ ਸਾਰੀ ਫੈਸਿਲਿਟੀਜ਼ ਮਿਲਦੀਆਂ ਨੇ ਕਿ ਪੈਸਾ ਹੈ ਸ਼ੋਹਰਤ ਅਗਲੇ ਜੋ ਮਰਜ਼ੀ ਕੁਛ ਵੀ ਆਪਣਾ ਡ੍ਰੀਮ ਕਰ ਸਕਦੇ ਨੇ ਬਟ ਇੱਦਾਂ ਨਹੀਂ ਹੁੰਦਾ ਕਿ ਉਹਨਾਂ ਨੂੰ ਪੈਸਾ ਅਤੇ ਸਭ ਕੁਛ ਐਸ਼ੋ ਆਰਾਮ 'ਤੇ ਮਿਲਦਾ ਬਟ ਉਹਨਾਂ ਨੂੰ ਆਪਣੇ ਡ੍ਰੀਮ ਪੂਰੇ ਕਰਨ ਦੇ ਖਾਬ ਨਹੀਂ ਮਿਲ ਡ੍ਰੀਮ ਪੂਰਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਪੇਰੈਂਟਸ ਨੇ ਇੱਕ ਬਾਉਂਡਰੀ ਲਗਾਈ ਹੁੰਦੀ ਹੈ ਕਿ ਜੀ ਹਾਂ ਮੈਂ ਬਿਜ਼ਨਸਮੈਨ ਹਾਂ ਅਤੇ ਤੂੰ ਬਿਜ਼ਨਸਮੈਨ ਹੀ ਬਣੇਗਾ ਅਤੇ ਸਾਡੀ ਅਗਰ ਜੇ ਪਤਾ ਚੱਲੇਗਾ ਕਿ ਤੂੰ ਡਾਂਸਰ ਬਣੇਗਾ ਤਾਂ ਸਾਡੀ ਬਾਹਰ ਮਾਰਕੀਟ ਦੇ ਵਿੱਚ ਇੱਕ ਸਟੇਟਸ ਨੂੰ ਫਰਕ ਪਏ ਅਤੇ ਮੈਂ ਸਰ ਨੂੰ ਇਹ ਦੱਸਿਆ ਕਿ ਸਰ ਜੇ ਆਪਾਂ ਐਸੇ ਕੋਨਸੈਪਟ ਨੂੰ ਲੈ ਕੇ ਮੈਂ ਜਸਟ ਕਹਿ ਦੱਸਿਆ ਕਿ ਸਰ ਅਸੀਂ ਇੱਥੇ ਕੰਮ ਕਰੀਏ ਸਰ ਨੇ ਕਿਹਾ ਕਿ ਤੂੰ ਬਹੁਤ ਵਧੀਆ ਸੋਚਿਆ ਅਸੀਂ ਬਹੁਤ ਕਰਦੇ ਹਾਂ ਸਰ ਬਿਲਕੁਲ ਜੀ ਬਹੁਤ ਹੀ ਯੂਨੀਕ ਔਰ ਡਾਂਸਰ ਹੋਣ ਦੇ ਨਾਲ ਨਾਲ ਹੈ ਨਾ ਇੱਕਦਮ ਫਿਲਮ ਚੇਂਜ ਕਰ ਰਿਹਾ ਐਕਟਿੰਗ ਦੇ ਲਈ ਔਰ ਮੇਰਾ ਖਿਆਲ ਤੁਸੀਂ ਲੀਡ ਕਰੈਕਟਰ ਪਲੇ ਕਰ ਰਹੇ ਹੋ ਕਿ ਕਿਸ ਸੀਨ ਦੇ ਵਿੱਚ ਪਹਿਲਾਂ ਆਪਣਾ ਕਰੈਕਟਰ ਦੱਸੋ ਕੀ ਕਰ ਸਰ ਮੇਰਾ ਕਰੈਕਟਰ ਮਨਿੰਦਰ ਦਾ ਜੋ ਕਿ ਆਪਣੇ ਡ੍ਰੀਮ ਨੂੰ ਲੈ ਕੇ ਬਹੁਤ ਜ਼ਿਆਦਾ ਕੌਨਸ਼ੀਅਸ ਹੈ ਅਤੇ ਉਹ ਆਪਣੇ ਡ੍ਰੀਮ ਨੂੰ ਪੂਰਾ ਕਰਨ ਲਈ ਹਰ ਬੰਦੇ ਤੋਂ ਲੜਦਾ ਆਪਣੇ ਪੇਰੈਂਟਸ ਤੋਂ ਆਪਣੇ ਨੇਬਰਸ ਤੋਂ ਆਪਣੇ ਰਿਲੇਟਿਵਸ ਤੋਂ ਬਹੁਤ ਜ਼ਿਆਦਾ ਮਤਲਬ ਕਿ ਸਾਰਿਆਂ ਤੋਂ ਲੜਦਾ ਕਿ ਜਦੋਂ ਆਪਾਂ ਡਾਂਸਰ ਦੀ ਗੱਲ ਕਰੀਏ ਤਾਂ ਹਰ ਇੱਕ ਕੋਈ ਤਾਨੇ ਮਾਰਨ ਲੱਗ ਪੈਂਦਾ ਅਤੇ ਫਸਟ ਆਫ ਆਲ ਉਹਨਾਂ ਦੇ ਦਿਮਾਗ ਦੇ ਵਿੱਚ ਇਹੀ ਆਉਂਦਾ ਕਿ ਯਾਰ ਤੂੰ ਜੇ ਡਾਂਸਰ ਬਣੇਗਾ ਅਤੇ ਯਾਰ ਸਾਨੂੰ ਜੋ ਕਿ ਪੰਜਾਬੀਆਂ ਨੇ ਮੈਂ ਕਹਿ ਦਈਏ ਯਾਰ ਜੇ ਤੂੰ ਕੱਲ੍ਹ ਨੂੰ ਡਾਂਸਰ ਬਣੇਗਾ ਜੇ ਤੇਰਾ ਰਿਸ਼ਤਾ ਆਏਗਾ ਤਾਂ ਆਪਾਂ ਉਹਨਾਂ ਨੂੰ ਕੀ ਕਹਾਂਗੇ ਜਵਾਬ ਦਵਾਂਗੇ ਕਿ ਮੁੰਡਾ ਡਾਂਸਰ ਸੋ ਇਸ ਕਰਕੇ ਮੇਰਾ ਇੱਦਾਂ ਦਾ ਕੁਛ ਕਰੈਕਟਰ ਦਿਖਾਇਆ ਗਿਆ ਵਿੱਚ ਅਤੇ ਇਸ ਕਰਕੇ ਤੁਹਾਨੂੰ ਇੱਦਾਂ ਦਾ ਕੁਛ ਦੇਖਣ ਨੂੰ ਮਿਲੇਗਾ ਮੇਰੇ ਦੇਖੋ ਬੱਚੇ ਪੱਤੀਆਂ ਦੇ ਵਿੱਚ ਜਿਹੜਾ ਮੇਰਾ ਕਰੈਕਟਰ ਹੈ ਉਹ ਹੈ ਅਨੁਜ ਦਾ ਕਰੈਕਟਰ ਅਤੇ ਅਨੁਜ ਦਾ ਕਰੈਕਟਰ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਅਨੁਜ ਹੈ ਉਹ ਇੱਕ ਹੈਲਥ ਕੌਨਸ਼ੀਅਸ ਬੰਦਾ ਅਤੇ ਹੈਲਥ ਕੌਨਸ਼ੀਅਸ ਦੇ ਨਾਲ ਜਿਮ ਦਾ ਸ਼ੌਂਕ ਹੈ ਉਹਨੂੰ ਡਾਇਟ ਦਾ ਮਤਲਬ ਸਿਹਤ ਦਾ ਖਿਆਲ ਰੱਖਦਾ ਅਤੇ ਡੇਲੀ ਲਾਈਫ ਦੇ ਵਿੱਚ ਮੈਂ ਵੀ ਕੁਛ ਇੱਦਾਂ ਦਾ ਹੀ ਹੈਗਾ ਵਾ ਕਿ ਮੈਨੂੰ ਜਿਮ ਜਾਣ ਦਾ ਸ਼ੌਂਕ ਹੈ ਠੀਕ ਹੈ ਡਾਇਟ ਰੱਖਣੀ ਸਹੀ ਅਤੇ ਆਪਣੇ ਹੈਲਥ ਵੱਲ ਧਿਆਨ ਅਤੇ ਬਾਕੀ ਅਨੁਜ ਜਿਹੜਾ ਹੈਗਾ ਉਹ ਦੱਸਿਆ ਗਿਆ ਵਿੱਚ ਕਿ ਆਪਣੇ ਯਾਰਾਂ ਦੋਸਤਾਂ ਦੇ ਨਾਲ ਹਮੇਸ਼ਾ ਸਟੈਂਡ ਲੈਂਦਾ ਹਮੇਸ਼ਾ ਸਪੋਰਟ ਕਰਦਾ ਅਤੇ ਆਪਣੇ ਘਰਦਿਆਂ ਦੇ ਕਹੇ ਗਏ ਵਚਨਾਂ ਦੇ ਉੱਤੇ ਚੱਲਦਾ ਅਤੇ ਬਾਕੀ ਤੁਸੀਂ ਜਦੋਂ ਦੇਖੋਗੇ ਕਰੈਕਟਰ ਨੂੰ ਤਾਂ ਤੁਹਾਨੂੰ ਬਹੁਤ ਇੰਜੋਏ ਕਰੋਗੇ ਬਹੁਤ ਅੱਛੇ ਪੰਜੀ ਸਾਹਿਬ ਕਰੋਗੇ ਅਤੇ ਬਹੁਤ ਇੰਜੋਏ ਕਰੋ ਦੇਖੋ ਮੈਂ ਕਰੀਅਰ ਐਕਟਿੰਗ ਕਰੀਅਰ ਦੀ ਸ਼ੁਰੂਆਤ ਮੈਂ 3 ਸਾਲ ਪਹਿਲਾਂ ਕੀਤੀ ਸੀ ਅਤੇ ਸ਼ੁਰੂਆਤ ਇੱਦਾਂ ਹੋਈ ਕਿ ਮੇਰਾ ਬਚਪਨ ਤੋਂ ਹੀ ਸ਼ੌਂਕ ਸੀ ਮੈਨੂੰ ਕਿ ਮੈਂ ਐਕਟਿੰਗ ਕਰਨੀ ਹੈ ਬਟ ਸਟੱਡੀ ਹੁੰਦੀ ਕਿ ਹੁੰਦੀ ਕਿ ਘਰਦਿਆਂ ਨੇ ਮੈਨੂੰ ਕਿਹਾ ਕਿ ਤੂੰ ਸਟੱਡੀ ਵੱਲ ਫੋਕਸ ਕਰ ਤੈਨੂੰ ਆਪਾਂ ਬਿਜ਼ਨਸ ਲਾਈਨ 'ਚ ਪਾਉਣਾ